प्यारे विद्यार्थियों मेरे इस YouTube चैनल पे ਤੁਹਾਡਾ ਸਵਾਗਤ ਹੈ ਜੋ-ਜੋ ਵਿਦਿਆਰਥੀ ਇਸ ਚੈਨਲ ਤੇ ਨਵੇਂ ਹਨ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਬੈਲ ਆਈਕਨ ਦਬਾ ਦੇਣ ਆਓ ਸ਼ੁਰੂ ਕਰਦੇ ਹਾਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਾਠ 7 ਪਬਲਿਸ਼ਰ ਭਾਗ 1 ਪਬਲਿਸ਼ਰ ਪਬਲਿਸ਼ਰ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ ਇਹ ਮਾਈਕਰੋਸਾਫਟ ਆਫਿਸ ਦਾ ਇੱਕ ਭਾਗ ਹੈ ਇਸ ਦੀ ਵਰਤੋਂ ਸੁੰਦਰ ਅਤੇ ਵਧੀਆ ਪ੍ਰਚਾਰ ਕਰਨ ਵਾਲੇ ਇਸ਼ਤਿਹਾਰਾਂ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ ਪਬਲਿਸ਼ਰ ਵਿੱਚ ਅਸੀਂ ਪੈਂਫਲੇਟ ਲੈਟਰ ਹੈਡ ਬੈਨਰ ਨਿਊਜ਼ਲੈਟਰ ਪੋਸਟਰ ਕਲੰਡਰ ਨਿਮੰਤਰਣ ਪੱਤਰ ਆਦਿ ਬਣਾ ਸਕਦੇ ਹਾਂ ਪਬਲਿਸ਼ਰ ਵਿੱਚ ਵਿਜ਼ਾਰਡ ਅਤੇ ਡਿਜ਼ਾਈਨ ਗੈਲਰੀ ਦੀ ਵਰਤੋਂ ਨਾਲ ਬਹੁਤ ਆਸਾਨੀ ਨਾਲ ਅਤੇ ਤੇਜ਼ੀ ਨਾਲ ਪਬਲਿਕੇਸ਼ਨ ਬਣਾਈ ਜਾ ਸਕਦੀ ਹੈ। ਟੈਂਪਲੇਟ ਟੈਂਪਲੇਟ ਪਬਲਿਕੇਸ਼ਨ ਦਾ ਡਿਫਾਲਟ ਮਾਡਲ ਹੁੰਦਾ ਹੈ। ਪਬਲਿਸ਼ਰ ਵਿੱਚ ਟੈਂਪਲੇਟ ਟੂਲ ਦੀ ਮਦਦ ਨਾਲ ਬਹੁਤ ਆਸਾਨੀ ਨਾਲ ਇੱਕ ਪਬਲਿਕੇਸ਼ਨ ਨੂੰ ਤਿਆਰ ਕੀਤਾ ਜਾ ਸਕਦਾ ਹੈ। ਟੈਂਪਲੇਟ ਵਿੱਚ ਪਹਿਲਾਂ ਤੋਂ ਹੀ ਤਿਆਰ ਕੀਤੇ ਹੋਏ ਡਿਜ਼ਾਈਨ ਸਟਾਈਲ ਹੁੰਦੇ ਹਨ। ਇਹਨਾਂ ਡਿਜ਼ਾਈਨਾਂ ਨੂੰ ਅਸੀਂ ਬਿਨਾਂ ਬਦਲਾਅ ਕੀਤੇ ਜਾਂ ਇਹਨਾਂ ਵਿੱਚ ਬਦਲਾਅ ਕਰਕੇ ਪਬਲਿਕੇਸ਼ਨ ਬਣਾਉਣ ਲਈ ਵਰਤ ਸਕਦੇ ਹਾਂ। office.com ਤੇ ਬਹੁਤ ਸਾਰੇ ਪ੍ਰਚਲਿਤ ਟੈਂਪਲੇਟ ਉਪਲਬਧ ਹਨ ਜਿਨ੍ਹਾਂ ਨੂੰ ਡਾਊਨਲੋਡ ਕਰਕੇ ਅਸੀਂ ਵਧੀਆ ਪਬਲਿਕੇਸ਼ਨ ਆਸਾਨੀ ਨਾਲ ਬਣਾ ਸਕਦੇ ਹਾਂ ਟੈਂਪਲੇਟਸ ਟੈਂਪਲੇਟਸ ਨੂੰ ਅਸੀਂ ਫਾਈਲ ਦੇ ਵਿੱਚੋਂ ਨਿਊ অপਸ਼ਨ ਸਿਲੈਕਟ ਕਰਕੇ ਸਾਡੇ ਕੰਪਿਊਟਰ ਵਿੱਚ ਮੌਜੂਦ ਟੈਂਪਲੇਟਸ ਦੇਖ ਸਕਦੇ ਹਾਂ ਤੇ ਇਹਨਾਂ ਵਿੱਚੋਂ ਲੋੜਿੰਦਾ ਟੈਂਪਲੇਟ ਆਪਣੀ ਪਬਲਿਕੇਸ਼ਨ ਲਈ ਵਰਤ ਸਕਦੇ ਹਾਂ ਪਬਲਿਸ਼ਰ ਵਿੱਚ ਅਬਜੈਕਟ ਨੂੰ ਮੂਵ ਕਰਨਾ ਪਬਲਿਸ਼ਰ ਵਿੱਚ ਅਬਜੈਕਟ ਨੂੰ ਮੂਵ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ ਅਬਜੈਕਟ ਤੇ ਕਲਿੱਕ ਕਰੋ ਅਤੇ ਇਸ ਨੂੰ ਸਿਲੈਕਟ ਕਰੋ ਅਬਜੈਕਟ ਦੀ ਸੋਲਿਡ ਲਾਈਨ ਤੇ ਕਰਸਰ ਰੱਖੋ ਜਿਵੇਂ ਅਸੀਂ ਪਿਕਚਰ ਵਿੱਚ ਦੇਖ ਰਹੇ ਹਾਂ ਅਬਜੈਕਟ ਨੂੰ ਕਲਿੱਕ ਕਰੋ ਅਤੇ ਡ੍ਰੈਗ ਕਰਕੇ ਮਨਪਸੰਦ ਜਗ੍ਹਾ ਤੇ ਲੈ ਜਾਓ ਪਬਲਿਕੇਸ਼ਨ ਨੂੰ ਪ੍ਰਿੰਟ ਕਰਨਾ ਪਬਲਿਕੇਸ਼ਨ ਪ੍ਰਿੰਟ ਕਰਨ ਦੇ ਸਟੈਪ ਇਸ ਪ੍ਰਕਾਰ ਹਨ ਫਾਈਲ ਮੈਨੂ ਤੇ ਕਲਿੱਕ ਕਰੋ ਪ੍ਰਿੰਟ ਆਪਸ਼ਨ ਤੇ ਕਲਿੱਕ ਕਰੋ ਪ੍ਰਿੰਟ ਦੀਆਂ ਕਾਪੀਆਂ ਦੀ ਗਿਣਤੀ ਪਰੋ ਪ੍ਰਿੰਟ ਨਾਲ ਸੰਬੰਧਿਤ ਵੱਖ-ਵੱਖ ਸੈਟਿੰਗਾਂ ਜਿਵੇਂ ਕਿ పే ਸਾਈਜ਼ ਪੇਜ ਓਰੀਐਂਟੇਸ਼ਨ ਆਦਿ ਦੀ ਚੋਣ ਕਰੋ ਪ੍ਰਿੰਟ ਬਟਨ ਤੇ ਕਲਿੱਕ ਕਰੋ ਇਸ ਉਪਰੰਤ ਪਬਲਿਕੇਸ਼ਨ ਦੀ ਪ੍ਰਿੰਟਿੰਗ ਸ਼ੁਰੂ ਹੋ ਜਾਵੇਗੀ ਪਬਲਿਕੇਸ਼ਨ ਨੂੰ ਪ੍ਰਿੰਟ ਕਰਨ ਲਈ ਫਾਈਲ ਮੈਨੂ ਵਿੱਚੋਂ ਪ੍ਰਿੰਟ ਆਪਸ਼ਨ ਸਿਲੈਕਟ ਕੀਤੀ ਜਾਵੇਗੀ ਸਾਰੀਆਂ ਸੈਟਿੰਗ ਕਰਨ ਉਪਰੰਤ ਸਕਰੀਨ ਉੱਪਰ ਦਰਸਾਏ ਅਨੁਸਾਰ ਪ੍ਰਿੰਟ ਬਟਨ ਤੇ ਕਲਿੱਕ ਕੀਤਾ ਜਾਵੇਗਾ ਤੇ ਪ੍ਰਿੰਟਿੰਗ ਸ਼ੁਰੂ ਹੋ ਜਾਵੇਗੀ ਆਓ ਹੁਣ ਇਸੇ 파ਟਨਾਲ ਸੰਬੰਧਤ ਅਭਿਆਸ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਬਹੁ ਪਸੰਦੀਪ੍ਰੇਸ਼ਨ ਆਕਰਸ਼ਕ ਵਿਗਿਆਪਨ ਤਿਆਰ ਕਰਨ ਲਈ ਪ੍ਰਚਾਰ ਸੰਬੰਧੀ ਸਮੱਗਰੀ ਡਿਜ਼ਾਈਨ ਕਰਨ ਲਈ ਵਰਤੀ ਜਾਣ ਵਾਲੀ ਐਪਲੀਕੇਸ਼ਨ ਦਾ ਨਾਮ ਕੀ ਹੈ ਜੀ ਹਾਂ ਇਸ ਦਾ ਨਾਮ ਹੈ ਪਬਲਿਕੇਸ਼ਨ ਪਬਲਿਸ਼ਰ ਡੈਸ਼ ਵਰਤੋਂ ਕਰਕੇ ਕੁਇਕ ਪਬਲਿਕੇਸ਼ਨ ਬਣਾਉਂਦਾ ਹੈ ਵੈਰੀ ਗੁੱਡ ਵਿਜ਼ਾਰਡ ਕੀਬੋਰਡ ਦੇ ਜਰੀਏ ਮਾਈਕਰੋਸਾਫਟ ਪਬਲਿਕੇਸ਼ਨ ਨੂੰ ਖੋਲਣ ਲਈ ਸਰਚ ਬਾਰ ਵਿੱਚ ਕੀ ਟਾਈਪ ਕਰਨਾ ਚਾਹੀਦਾ ਹੈ ਕੀਬੋਰਡ ਦੇ ਜਰੀਏ ਮਾਈਕਰੋਸਾਫਟ ਪਬਲਿਸ਼ਰ ਖੋਲਣ ਲਈ ਸਰਚ 바ਰ ਵਿੱਚ ਪਬਲਿਸ਼ਰ ਟਾਈਪ ਕਰਨਾ ਚਾਹੀਦਾ ਹੈ। ਹਰ ਇੱਕ ਟੈਬ ਡੈਸ਼ ਵਿੱਚ ਵੰਡਿਆ ਹੁੰਦਾ ਹੈ। ਹਰ ਇੱਕ ਟੈਬ ਗਰੁੱਪਸ ਵਿੱਚ ਵੰਡਿਆ ਹੁੰਦਾ ਹੈ। ਪਬਲਿਕੇਸ਼ਨ ਬਣਾਉਣ ਤੋਂ ਬਾਅਦ ਡੈਸ਼ ਤੋਂ ਸੇਵ অপਸ਼ਨ ਨੂੰ ਕਲਿੱਕ ਕਰਕੇ ਪਬਲਿਕੇਸ਼ਨ ਨੂੰ ਸੇਵ ਕੀਤਾ ਜਾ ਸਕਦਾ ਹੈ। ਵੈਰੀ ਗੁੱਡ। ਪਬਲਿਕੇਸ਼ਨ ਬਣਾਉਣ ਤੋਂ ਬਾਅਦ ਅਸੀਂ ਫਾਈਲ ਮੈਨੂ ਤੋਂ ਸੇਵ অপਸ਼ਨ ਨੂੰ ਚੁਣ ਕੇ ਪਬਲਿਕੇਸ਼ਨ ਨੂੰ ਸੇਵ ਕਰ ਸਕਦੇ ਹਾਂ। ਫਾਈਲ ਮੈਨੂ ਵਿੱਚ ਡੈਸ਼ ਬਟਨ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਬੰਦ ਕੀਤਾ ਜਾਂਦਾ ਹੈ ਫਾਈਲ ਮੈਨੂ ਵਿੱਚ ਅਸੀਂ ਕਲੋਜ਼ ਬਟਨ ਤੇ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਬੰਦ ਕਰ ਸਕਦੇ ਹਾਂ ਇਸ ਤੋਂ ਬਾਅਦ ਖਾਲੀ ਥਾਂမှာ ਪਰੋ ਅਸੀਂ ਬਲੈਂਕ ਲੇਆਉਟ ਵਿੱਚ ਡੈਸ਼ ਡੈਸ਼ ਵਰਡਾਟ ਆਟੋ ਸ਼ੇਪਸ ਆਡੀ ਆਬਜੈਕਟ ਦਾਖਿਲ ਕਰ ਸਕਦੇ ਹਾਂ ਗੁੱਡ ਇਸ ਵਿੱਚ ਅਸੀਂ ਟੈਕਸਟ ਪਿਕਚਰ ਵਰਡਾਟ ਆਟੋ ਸ਼ੇਪਸ ਆਦੀ ਆਬਜੈਕਟ ਦਾਖਿਲ ਕਰ ਸਕਦੇ ਹਾਂ ਬਾਕਸ ਦੀਆਂ ਲਾਈਨਾਂ ਦੇ ਵਿੱਚਕਾਰ ਪਿਆ ਹੈਂਡਲ ਡੈਸ਼ ਅਤੇ ਡੈਸ਼ ਕਰ ਸਕਦਾ ਹੈ ਵੈਰੀ ਗੁੱਡ ਇਸ ਹੈਂਡਲ ਦੀ ਮਦਦ ਨਾਲ ਅਸੀਂ ਕਲਿੱਕ ਅਤੇ ਡ੍ਰੈਗ ਕਰ ਸਕਦੇ ਹਾਂ ਹਰੇਕ ਗਰੁੱਪ ਦੀਆਂ ਹੋਰ ਵਿਸ਼ੇਸ਼ਤਾਵਾਂ ਦੇਖਣ ਲਈ ਡਾਇਲੌਗ ਬਾਕਸ ਲੌਂਚਰ ਤੇ ਕਲਿੱਕ ਕਰੋ ਜੋ ਕਿ ਹਰ ਡੈਸ਼ ਦੇ ਡੈਸ਼ ਹੇਠਾਂ ਵੱਲ ਹੁੰਦਾ ਹੈ। ਵੈਰੀ ਗੁੱਡ। ਡਾਇਲੌਗ ਬਾਕਸ ਲੌਂਚਰ ਹਰੇਕ ਗਰੁੱਪ ਦੇ ਸੱਜੇ ਕੋਰਨਰ ਹੇਠਾਂ ਵੱਲ ਹੁੰਦਾ ਹੈ ਜਿਵੇਂ ਕਿ ਚਿੱਤਰ ਵਿੱਚ ਅਸੀਂ ਦਰਸਾਏ ਅਨੁਸਾਰ ਦੇਖ ਸਕਦੇ ਹਾਂ। ਜਦੋਂ ਅਸੀਂ ਇੱਕ ਡੈਸ਼ ਤੇ ਕਲਿੱਕ ਕਰਦੇ ਹਾਂ ਤਾਂ ਫਰੇਮ ਦੇ ਕੋਨਿਆਂ ਤੇ ਛੋਟੇ ਸਰਕਲ ਨਜ਼ਰ ਆਉਂਦੇ ਹਨ ਇਹਨਾਂ ਨੂੰ ਡੈਸ਼ ਕਿਹਾ ਜਾਂਦਾ ਹੈ ਜਿਵੇਂ ਕਿ ਅਸੀਂ ਦਿਖਾਏ ਚਿੱਤਰ ਵਿੱਚ ਦੇਖ ਸਕਦੇ ਹਾਂ ਜਦੋਂ ਅਸੀਂ ਇੱਕ ਫਰੇਮ ਤੇ ਕਲਿੱਕ ਕਰਦੇ ਹਾਂ ਤਾਂ ਫਰੇਮ ਦੇ ਕੋਨਿਆਂ ਦੇ ਛੋਟੇ ਸਰਕਲ ਨਜ਼ਰ ਆਉਂਦੇ ਹਨ ਇਹਨਾਂ ਨੂੰ ਹੈਂਡਲ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਕਾਰ ਵੱਡਾ ਜਾਂ ਛੋਟਾ ਕਰ ਸਕਦੇ ਹਾਂ ਖਾਲੀ ਥਾਂ ਮਤੋਂ ਬਾਅਦ ਸਹੀ ਗਲਤ ਪਬਲੀਕੇਸ਼ਨ ਵਿੱਚ ਟੈਂਪਲੇਟ ਟੂਲ ਦੀ ਮਦਦ ਨਾਲ ਆਸਾਨੀ ਨਾਲ ਇੱਕ ਪਬਲੀਕੇਸ਼ਨ ਨੂੰ ਤਿਆਰ ਕੀਤਾ ਜਾ ਸਕਦਾ ਹੈ ਬਿਲਕੁਲ ਸਹੀ ਜ਼ਿਆਦਾਤਰ ਪਬਲੀਕੇਸ਼ਨ ਵਿੱਚ ਕਈ ਹਿੱਸੇ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਫਰੇਮ ਕਿਹਾ ਜਾਂਦਾ ਹੈ ਬਿਲਕੁਲ ਠੀਕ ਅਸੀਂ ਪੜ੍ਹ ਕੇ ਚੁੱਕੇ ਹਾਂ ਕਿ ਫਰੇਮਸ ਜੋ ਹੁੰਦੇ ਨੇ ਉਹ ਸਾਡੀ ਪਬਲੀਕੇਸ਼ਨ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡਣ ਲਈ ਵਰਤੇ ਜਾਂਦੇ ਨੇ ਕੋਨੇ ਦੇ ਹੈਂਡਲਸ ਦੀ ਮਦਦ ਨਾਲ ਅਨੁਪਾਤਕ ਤੌਰ ਤੇ ਆਬਜੈਕਟ ਦਾ ਆਕਾਰ ਬਦਲਿਆ ਜਾ ਸਕਦਾ ਹੈ ਬਿਲਕੁਲ ਸਹੀ ਪਬਲਿਸ਼ਰ ਤੋਂ ਬਾਹਰ ਆਉਣ ਤੋਂ ਪਹਿਲਾਂ ਸਾਨੂੰ ਸਾਰੇ ਪਬਲੀਕੇਸ਼ਨ ਨੂੰ ਬੰਦ ਨਹੀਂ ਕਰਨਾ ਚਾਹੀਦਾ ਗਲਤ ਕਿਉਂਕਿ ਜੇਕਰ ਅਸੀਂ ਐਦਾਂ ਨਹੀਂ ਕਰਾਂਗੇ ਤਾਂ ਸਾਡੀ ਫਾਈਲ ਜੋ ਹੈ ਉਹ ਪ੍ਰੋਪਰਲੀ ਸੇਵ ਨਹੀਂ ਹੋਊਗੀ ਤੇ ਸਾਡੀ ਪਬਲੀਕੇਸ਼ਨ ਜਿਹੜੀ ਹੈਗੀ ਆ ਉਹ ਖਰਾਬ ਹੋਣ ਦਾ ਵੀ ਖਤਰਾ ਹੈ ਇਸ ਲਈ ਸਾਨੂੰ ਪਬਲਿਸ਼ਰ ਤੋਂ ਬਾਹਰ ਆਉਣ ਤੋਂ ਪਹਿਲਾਂ ਸਾਰੇ ਪਬਲੀਕੇਸ਼ਨ ਨੂੰ ਬੰਦ ਕਰਨਾ ਚਾਹੀਦਾ ਹੈ ਅਸੀਂ ਕਿਸੇ ਵੀ ਆਈਟਮ ਤੇ ਕਲਿੱਕ ਕਰਕੇ ਉਸ ਨੂੰ ਕੁਇਕ ਐਕਸੈਸ ਟੂਲਬਾਰ ਵਿੱਚ ਸ਼ਾਮਿਲ ਕਰ ਸਕਦੇ ਹਾਂ ਗਲਤ ਕੁਇਕ ਐਕਸੈਸ ਟੂਲਬਾਰ ਵਿੱਚ ਸਾਰੀਆਂ ਆਈਟਮਸ ਨੂੰ ਸ਼ਾਮਿਲ ਕਰਨਾ ਸੰਭਵ ਨਹੀਂ ਹੁੰਦਾ ਕੁਝ ਖਾਸ ਆਈਟਮਸ ਨੂੰ ਹੀ ਕੁਇਕ ਐਕਸੈਸ ਬਾਰ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਹੁਣ ਬਹੁਤ ਛੋਟੇ ਉਤਰਾਣ ਵਾਲੇ ਆਪਰੇਸ਼ਨ ਕਰਦੇ ਹਾਂ ਪਬਲਿਕੇਸ਼ਨ ਨੂੰ ਸੇਵ ਕਰਨ ਲਈ ਕਿਹੜੀ ਐਕਸਟੈਂਸ਼ਨ ਵਰਤੀ ਜਾਂਦੀ ਹੈ ਜੀ ਹਾਂ .pubx ਐਕਸਟੈਂਸ਼ਨ ਆਬਜੈਕਟ ਨੂੰ ਮੂਵ ਕਰਨ ਲਈ ਕਿਹੜਾ ਕਰਸਰ ਵਰਤਿਆ ਜਾਂਦਾ ਹੈ ਆਬਜੈਕਟ ਨੂੰ ਮੂਵ ਕਰਨ ਲਈ ਕਰਾਸ ਹੇਅਰ ਕਰਸਰ ਵਰਤਿਆ ਜਾਂਦਾ ਹੈ ਜੋ ਕਿ ਸਕਰੀਨ ਤੇ ਦਰਸਾਏ ਅਨੁਸਾਰ ਹੁੰਦਾ ਹੈ ਆਨਲਾਈਨ ਟੈਂਪਲੇਟ ਕਿਸ ਵਿੱਚ ਉਪਲਬਧ ਹੁੰਦਾ ਹੈ ਆਨਲਾਈਨ ਟੈਂਪਲੇਟਸ office.com ਸਾਈਟਸ ਤੋਂ ਉਪਲਬਧ ਹੁੰਦੇ ਹਨ ਸਾਡੇ ਵੱਲੋਂ ਹਾਲ ਹੀ ਵਿੱਚ ਵਰਤਿਆ ਗਿਆ ਪਬਲੀਕੇਸ਼ਨ ਫਾਈਲ ਦੀ ਸੂਚੀ ਕੀ ਹੁੰਦੀ ਹੈ ਸਾਡੇ ਦੁਆਰਾ ਹਾਲ ਹੀ ਵਿੱਚ ਵਰਤੇ ਗਏ ਪਬਲੀਕੇਸ਼ਨਸ ਦੀ ਫਾਈਲ ਰੀਸੈਂਟ ਸੂਚੀ ਵਿੱਚ ਹੁੰਦੀ ਹੈ ਕਿਸ ਆਪਸ਼ਨ ਦੀ ਵਰਤੋਂ ਕਰਕੇ ਆਬਜੈਕਟ ਦੇ ਆਲੇ-ਦੁਆਲੇ ਦਾ ਟੈਕਸਟ ਅਰੇਂਜ ਕੀਤਾ ਜਾਂਦਾ ਹੈ ਰੈਪ ਟੈਕਸਟ ਆਪਸ਼ਨ ਦੀ ਵਰਤੋਂ ਕਰਕੇ ਆਬਜੈਕਟ ਦੇ ਆਲੇ-ਦੁਆਲੇ ਦਾ ਟੈਕਸਟ ਅਰੇਂਜ ਕਰ ਸਕਦੇ ਹਾਂ ਪਿਆਰੇ ਵਿਦਿਆਰਥੀਓ ਕੀ ਤੁਹਾਨੂੰ ਪਤਾ ਹੈ ਕਿ ਪਬਲਿਸ਼ਰ ਕੀ ਹੈ ਪਬਲਿਸ਼ਰ ਵਿੱਚ ਆਬਜੈਕਟ ਨੂੰ ਮੂਵ ਕਰਨ ਦੇ ਕਿਹੜੇ-ਕਿਹੜੇ ਸਟੈਪਸ ਹਨ ਟੈਂਪਲੇਟ ਨੂੰ ਕਿਵੇਂ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ ਪਬਲੀਕੇਸ਼ਨ ਵਿੱਚ ਬਲੈਂਕ ਲੇਆਉਟ ਦੀ ਵਰਤੋਂ ਕਰਕੇ ਪਬਲੀਕੇਸ਼ਨ ਕਿਵੇਂ ਤਿਆਰ ਕਰ ਸਕਦੇ ਹਾਂ ਟੈਕਸਟ ਬਾਕਸ ਦੀ ਵਰਤੋਂ ਕਰਦੇ ਹੋਏ ਟੈਕਸਟ ਨੂੰ ਜੋੜਨ ਅਤੇ ਪਬਲਿਸ਼ਰ ਵਿੱਚ ਟੈਕਸਟ ਨੂੰ ਐਡਿਟ ਕਰਨ ਦੇ ਸਟੈਪਸ ਕਿਹੜੇ-ਕਿਹੜੇ ਹਨ ਪਬਲੀਕੇਸ਼ਨ ਪ੍ਰਿੰਟ ਕਿਵੇਂ ਕੀਤਾ ਜਾ ਸਕਦਾ ਹੈ ਇਸ ਲਈ ਵਰਤੇ ਜਾਣ ਵਾਲੇ ਸਟੈਪਸ ਕਿਹੜੇ ਹਨ ਮੈਨੂੰ ਉਮੀਦ ਹੈ ਕਿ ਇਹਨਾਂ ਵਿੱਚੋਂ ਬਹੁਤੇ ਪ੍ਰਸ਼ਨ ਦੇ ਉੱਤਰ ਤੁਹਾਨੂੰ ਪਹਿਲੇ ਹੀ ਆਉਂਦੇ ਹੋਣਗੇ ਪਰੰਤੂ ਜਿਹੜੇ-ਜਿਹੜੇ ਪ੍ਰਸ਼ਨਾਂ ਦੇ ਉੱਤਰ ਤੁਹਾਨੂੰ ਨਹੀਂ ਆਉਂਦੇ ਤਾਂ ਮੇਰੀ ਬੇਨਤੀ ਹੈ ਕਿ ਇਸ ਪੂਰੀ ਵੀਡੀਓ ਨੂੰ ਇੱਕ ਵਾਰ ਦੁਬਾਰਾ ਦੇਖੋ ਤੇ ਪੂਰਾ ਵਿਆਸ ਹੱਲ ਕਰਨ ਦੀ ਕੋਸ਼ਿਸ਼ ਕਰੋ ਅੰਤ ਵਿੱਚ ਮੈਂ ਦੁਆਰਾ ਫੇਰ ਬੇਨਤੀ ਕਰੂੰਗਾ ਜੇਕਰ ਤੁਸੀਂ ਅਜੇ ਤੱਕ ਮੇਰੇ ਇਸ YouTube ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਲਾਈਕ ਅਤੇ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਮੇਰੀ ਇਹ ਵੀਡੀਓ ਕਿਵੇਂ ਲੱਗੀ ਧੰਨਵਾਦ